ਵੇਖ ਰਹੇ ਸਾਰੇ ਦਰਸ਼ਕਾਂ ਨੂੰ ਅਮਨ ਚੌਲ ਵੱਲੋਂ ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡਾ ਆਪਣਾ ਪਿਆਰਾ ਜਿਹਾ ਪ੍ਰੋਗਰਾਮ ਲੈ ਕੇ, ਜਿਹਦਾ ਨਾਮ ਹੈ ਜੀ ਖੱਟੀਆਂ ਮਿੱਠੀਆਂ ਯਾਦਾਂ। ਅਤੇ ਤੁਹਾਨੂੰ ਪਤਾ ਹੈ ਜੀ ਖੱਟੀਆਂ ਮਿੱਠੀਆਂ ਯਾਦਾਂ ਦੇ ਵਿੱਚ ਤੁਹਾਡੇ ਰੂਬਰੂ ਕਰਵਾਉਂਦੇ ਹਾਂ ਜੀ ਹਰ ਵਾਰ ਅਸੀਂ ਕਿਸੇ ਸਟਾਰ, ਕਿਸੇ ਅਦਾਕਾਰ, ਕਿਸੇ ਕਲਾਕਾਰ, ਕਿਸੇ ਫਨਕਾਰ ਨੂੰ। ਅਤੇ ਅੱਜ ਮੇਰੇ ਨਾਲ ਹੈ ਜੀ ਪੰਜਾਬੀ ਮਾਂ ਬੋਲੀ ਦੇ ਵਿੱਚ ਇੱਕ ਅਹਿਮ ਸਥਾਨ ਬਣਾਉਣ ਵਾਲਾ, ਪੰਜਾਬੀ ਮਾਂ ਬੋਲੀ ਦੀ ਚੋਲੀ ਦੇ ਵਿੱਚ ਬਹੁਤ ਪਿਆਰੇ ਪਿਆਰੇ ਗੀਤਾਂ ਨੂੰ ਪਾਉਣ ਵਾਲਾ, ਅਤੇ ਹੁਣੇ ਹੁਣੇ ਕਾਫੀ ਚੱਲਿਆ, ਕਾਫੀ ਫੇਮਸ ਕਿਹਾ ਸੌਂਗ ਲਾਊਡ ਜੱਟ ਵਾਲਾ ਸਟਾਰ ਫਨਕਾਰ, ਬਹੁਤ ਪਿਆਰੀ ਜੀ ਮਿੱਠੀ ਜੀ ਆਵਾਜ਼ ਦਾ ਮਾਲਿਕ। ਅਤੇ ਉਹਦੇ ਨਾਲ ਨਾਲ ਪੰਜਾਬੀ ਭੰਗੜੇ ਦੇ ਵਿੱਚ ਇੱਕ ਅਹਿਮ ਸਥਾਨ ਰੱਖਣ ਵਾਲਾ ਬਹੁਤ ਪਿਆਰਾ ਜਿਹਾ ਗੱਭਰੂ, ਨੌਜਵਾਨ ਗੱਭਰੂ ਸਾਬਤ ਸੂਰਤ ਪੱਗ ਦੇ ਨਾਲ ਸੱਜਿਆ ਹੋਇਆ, ਤੁਹਾਡੀ ਨਜ਼ਰ ਗੈਰੀ ਤਾਰੀਵਾਲ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੋਰ ਕੀ ਹਾਲ ਚਾਲ ਹੈ ਜੀ? ਠੀਕ ਠਾਕ ਅਮਨ ਜੀ, ਤੁਸੀਂ ਸੁਣਾਓ ਕਿਵੇਂ? ਬਹੁਤ ਵਧੀਆ ਜੀ। ਸਭ ਤੋਂ ਪਹਿਲਾਂ ਜੀ ਲਾਊਡ ਜੱਟ ਦੇ ਦੋ ਬੋਲ ਮੇਰੇ ਨਾਲ ਵੀ ਤੇ ਮੇਰੇ ਦਰਸ਼ਕਾਂ ਨਾਲ। ਜ਼ਰੂਰ ਜੀ। ਹੁਣ ਮੇਲਿਆਂ ਦੇ ਜਨੀ ਕਲੱਬਾਂ ਵਿੱਚ ਵੜਦੇ ਕੁੜੀਆਂ ਟਿਕਾਉਣ ਲਈ ਸਕੀਮਾਂ ਨਹੀਂ ਉਘਾੜਦੇ, ਅੱਖਾਂ 'ਚ ਬਰੂਦ ਹੁੰਦੇ ਸ਼ਕਲਾਂ ਤੋਂ ਰੂੜ, ਪਰ ਦਿਲਾਂ ਤੋਂ ਤਾਂ ਜੱਟ ਵੀ ਪਿਆਰੇ ਹੁੰਦੇ ਆ। ਤੇਰੇ ਸ਼ਹਿਰ ਦਾ ਗਰਾਊਂਡ ਵੀ ਬਾਈ ਨਾਨੀਓ ਲਾਊਡ, ਜਿੰਨੇ ਜੱਟਾਂ ਦੇ ਪੁੱਤਾਂ ਦੇ ਲਲਕਾਰੇ ਹੁੰਦੇ ਆ। ਸ਼ਹਿਰ ਦਾ ਗਰਾਊਂਡ ਵੀ ਬਾਈ ਨਾਨੀਓ ਲਾਊਡ, ਜਿੰਨੇ ਜੱਟਾਂ ਦੇ ਪੁੱਤਾਂ ਦੇ ਲਲਕਾਰੇ ਹੁੰਦੇ ਆ। ਤੇ ਖੱਟੀ ਮਿੱਠੀ ਯਾਦਾਂ ਦੇ ਵਿੱਚ ਗੈਰੀ ਤਾਰੀਵਾਲ ਦੇ ਨਾਲ ਮੇਰੇ ਨਾਲ ਇੱਕ ਹੋਰ ਆਰਟਿਸਟ ਨੇ ਜੀ, ਜਿਹਨਾਂ ਨੂੰ ਅਸੀਂ ਕਲਮ ਦੇ ਧਨੀ ਕਹਿ ਸਕਦੇ ਹਾਂ, ਜਿਨ੍ਹਾਂ ਦੀ ਕਲਮ ਦੇ ਵਿੱਚੋਂ ਨਿਕਲੇ ਹੋਏ ਅਲਫਾਜ਼ਾਂ ਨੂੰ ਜਦੋਂ ਕਿਸੇ ਦੀ ਆਵਾਜ਼ ਮਿਲ ਜਾਂਦੀ ਹੈ ਤੇ ਉਹ ਫਿਰ ਇੱਕ ਮਿੱਠਾ ਜਿਹਾ ਸੰਗੀਤ ਛੇੜ ਕੇ ਰੂਹਾਂ ਨੂੰ ਸਕੂਨ ਦਿੰਦਾ ਹੈ ਜੀ। ਸੋ ਮੇਰੀ ਮੁਰਾਦ ਹੈ ਜੀ ਹੈਰੀ ਕਾਲੋਂ ਤੋਂ, ਸਤਿ ਸ਼੍ਰੀ ਅਕਾਲ ਜੀ। ਸੋ ਤੁਹਾਡੇ ਸਾਡੇ ਸਟੂਡੀਓ 'ਚ ਤਸ਼ਰੀਫ ਫਰਮਾਓ, ਆਪਣੀ ਕਲਮ ਤੋਂ ਲਿਖੇ ਹੋਏ ਕਿਸੇ ਗੀਤ ਦੇ ਦੋ ਬੋਲਾਂ ਦੇ ਨਾਲ। ਮੇਰਾ ਗਾਇਤਾ ਵੀ ਵੀਰ ਨੇ ਗਾਇਆ ਗਾਣਾ ਲਾਸਟ ਤੇ ਬੁਰਾ ਬੜਾ ਜੀ, ਉਹਦੇ ਵਿੱਚੋਂ ਹੈਗੀਆਂ ਸੀ ਕੁਝ ਆਪਣੇ ਲੈਣਾ ਹੁੰਦਾ ਸੀ। ਹੋ ਮਰੂ ਮਰੂ ਨਹੀਂ ਉਹ ਸਦਾ ਮਨੋਰੰਜਨ ਕਰੀਦਾ, ਹੈਰੀ ਕਾਲੋਂ ਚ ਨਾ ਤਤ ਪਰਵਾਹ ਵਾਲੇ ਨੇ, ਓ ਯਾਰ ਯਾਰਾਂ ਦੇ ਪਟਾਕੇ ਸਾਰੇ ਠਾ ਵਾਲੇ ਨੇ, ਬਈ ਗਾਹ ਵਾਲੇ ਨੇ, ਬੁਰਾਹ ਵਾਲੇ ਨੇ, ਬਹੁਤੇ ਪੈਗਾਂ ਵਾਲੇ, ਕੁਝ ਸਾਲੇ ਚਾਹ ਵਾਲੇ ਨੇ। ਇਹ ਗਾਣਾ ਕੀ ਬਾਤ ਹੈ ਜੀ, ਬਹੁਤ ਪਿਆਰਾ ਟਰੈਕ ਹੈ ਜੀ। ਸੋ ਤੁਹਾਡਾ ਦੋਨਾਂ ਦਾ ਕੰਬੀਨੇਸ਼ਨ ਬੁਰਾ ਗਾਣੀ ਤੋਂ ਹੋਇਆ? ਹਾਂਜੀ, ਕੰਬੀਨੇਸ਼ਨ ਉੱਥੋਂ ਹੋਇਆ, ਪਰ ਇਹ ਆ ਵੀ ਹੁਣ ਜਿਹੜੇ ਅੱਗੇ ਮੇਰੇ ਗਾਣੇ ਆ ਰਹੇ ਨੇ ਤੇ ਵੀਰਾ ਲੈ ਕੇ ਆ ਰਿਹਾ, ਇਹਦੇ ਕਲਮ ਚੋਂ ਲਿਖੇ ਨੇ। ਇੱਕ ਗਾਣੇ ਦਾ ਪੋਸਟਰ ਮੈਂ ਕੱਲ ਰਿਲੀਜ਼ ਕਰ ਚੁੱਕਾ ਤੇ 22 ਦਸੰਬਰ ਨੂੰ ਉਹ ਗਾਣਾ ਰਿਲੀਜ਼ ਹੋ ਰਿਹਾ ਜੀ। ਜਿਹਦਾ ਪੋਸਟਰ ਰਿਲੀਜ਼ ਕੀਤਾ ਹੈ ਉਹ ਗਾਣੇ ਦੇ ਦੋ ਬੋਲ ਜ਼ਰੂਰ ਹੋਣੇ ਚਾਹੀਦੇ ਨੇ। ਉਹ ਗਾਣੇ ਦੇ ਕੰਫੀਡੈਂਸ਼ੀਅਲ ਆ, ਬਟ ਮੈਂ ਚਲੋ ਸੁਣਾ ਦੇਣਾ ਤੁਹਾਨੂੰ। ਹੋ ਸੀਨੇ ਵੱਜਦੀ ਹੈ ਬਿੱਲੋ ਫੈਰ ਬਣ ਕੇ, ਕਹਿਰ ਹੁੰਦਾ ਲੰਘੇ ਜਦੋਂ ਕਹਿਰ ਬਣ ਕੇ, ਓ ਸੀਨੇ ਵੱਜਦੀ ਹੈ ਬਿੱਲੋ ਫੈਰ ਬਣ ਕੇ, ਕਹਿਰ ਹੁੰਦਾ ਲੰਘੇ ਜਦੋਂ ਕਹਿਰ ਬਣ ਕੇ, ਨੋਟਿਸ ਕਰਦੇ ਜੱਟ ਤੇ ਹੁੰਦੇ, ਜੱਟ ਨੇ ਫੱਟੇ ਚੱਕ ਤੇ ਲੈਵਲ ਅੱਪ ਦੀ ਪਾਉਂਦੇ, ਖਾਪੇ ਉਹ ਕਰਨ ਕਰੈਮ ਕਿਹੜਾ, ਉਹ ਨਖਰਾ ਨੱਕ ਤੇ ਗੁੱਚੀ ਅੱਖ ਤੇ ਫੈਸ਼ਨ ਬਿੱਲੋ ਕਹਿਣ ਤੇਰਾ, ਪੱਟ ਲੈਣਗੇ ਚੱਕ ਲੈਣਗੇ ਜੱਟ ਗੋਰੀਏ ਟੈਨ ਤੇਰਾ। ਕੀ ਬਾਤ ਹੈ ਜੀ। ਤੇ ਇਹਦੇ ਅਸੀਂ ਮਿਊਜ਼ਿਕ ਦੀ ਗੱਲ ਕਰੀਏ, ਕਿਉਂਕਿ ਮਿਊਜ਼ਿਕ ਤੋਂ ਬਿਨਾਂ ਕੋਈ ਵੀ ਗੀਤ ਜਿਹੜਾ ਹੈ ਉਹਨਾਂ ਚਿਰ ਅਧੂਰਾ ਹੁੰਦਾ ਹੈ, ਜਿੰਨਾ ਚਿਰ ਉਹਨੂੰ ਮਿਊਜ਼ਿਕ ਨਹੀਂ ਮਿਲ ਜਾਂਦਾ। ਤੇ ਇਹਦੇ ਮਿਊਜ਼ਿਕ ਦੀ ਗੱਲ ਕਰੀਏ ਤਾਂ ਉਹਦੇ ਬਾਰੇ ਜ਼ਰੂਰ ਜਾਣਨਾ ਚਾਹਾਂਗੇ ਕਿ ਇਹਦਾ ਮਿਊਜ਼ਿਕ ਕਿੰਨਾ ਨੇ ਦਿੱਤਾ। ਇਹਦਾ ਮਿਊਜ਼ਿਕ ਬਹੁਤ ਪੰਜਾਬ ਦੇ ਉੱਭਰਦੇ ਕਲਾਕਾਰ ਨੇ, ਟਰਬਨ ਬੀਟਸ ਸਟੂਡੀਓ ਵਾਲੇ ਵੀਰਾਂ ਨੇ, ਮਿਊਜ਼ਿਕ ਵਾਲਿਆਂ ਨੇ ਕੀਤਾ ਮਿਊਜ਼ਿਕ, ਰਾਜਾ ਅਤੇ ਲਾਡੀ ਪਾ ਉਹਨਾਂ ਨੇ, ਅਤੇ ਬਹੁਤ ਸੋਹਣੀ ਕੰਪੋਜ਼ ਆ, ਬਹੁਤ ਵਧੀਆ ਲੱਗੀ, ਨਵੀਂ ਚੀਜ਼ ਆ, ਅਤੇ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਗਾਣਾ। ਜਿੱਦਾਂ ਲਾਊਡ ਜੱਟ ਨੂੰ ਸਪੋਰਟ ਕੀਤੀ ਆ, ਉੱਦਾਂ ਗੁੱਚੀ ਗਾਣੇ ਨੂੰ ਕਰੋ ਜੀ। ਜ਼ਰੂਰ, ਅਫਕੋਰਸ ਅਗਰ ਲਾਊਡ ਜੱਟ ਨੂੰ ਇੰਨੀ ਸਪੋਰਟ ਮਿਲੀ, ਇੰਨਾ ਪਿਆਰ ਮਿਲਿਆ ਸੀ, ਤਾਂ ਅਫਕੋਰਸ ਨੈਕਸਟ ਤੁਹਾਡੇ ਟਰੈਕਸ ਨੂੰ ਵੀ ਇੰਨਾ ਹੀ ਪਿਆਰ ਮਿਲੇਗਾ। ਮੈਂ ਤੁਹਾਡੇ ਬੈਕਗਰਾਊਂਡ ਬਾਰੇ ਜਾਣਨਾ ਚਾਹਾਂਗੀ, ਕਿੱਥੋਂ ਬਿਲੋਂਗ ਕਰਦੇ ਹੋ ਔਰ ਸਿੰਗਿੰਗ ਲਾਈਨ ਵੱਲ ਆਉਣ ਦਾ ਰੁਝਾਨ ਕਿੱਦਾਂ ਬਣਿਆ? ਜਿਵੇਂ ਮੈਨੂੰ ਜਦ ਤੱਕ ਮੇਰੀ ਨੌਲੇਜ ਹੈ ਕਿ ਮੇ ਬੀ ਤੁਸੀਂ ਬੀ ਟੈਕ ਐਮ ਟੈਕ ਕੀਤੀ ਹੋਈ ਹੈ ਜੀ, ਐਮ ਟੈਕ ਕੀਤੀ ਹੋਈ ਹੈ, ਐਮ ਟੈਕ ਔਰ ਸਿੰਗਿੰਗ, ਇੰਜੀਨੀਅਰਿੰਗ ਔਰ ਸਿੰਗਿੰਗ, ਦੋਨਾਂ 'ਚ ਬਹੁਤ ਡਿਸਟੈਂਸ ਹੈ, ਬਹੁਤ ਜ਼ਿਆਦਾ ਡਿਸਟੈਂਸ। ਇਸ ਡਿਸਟੈਂਸ ਨੂੰ ਕਿਵੇਂ ਕਵਰ ਕੀਤਾ? ਨੌਰਥ ਐਂਡ ਸਾਊਥ ਪੋਲ ਹੁੰਦੇ ਨੇ ਨਾ, ਜਿੱਦਾਂ ਚੁੰਬਕ ਕਿੱਦਾਂ, ਇਹਦਾ ਡਿਸਟੈਂਸ ਕਿੱਦਾਂ ਕਵਰ ਕੀਤਾ? ਇੱਦਾਂ ਸੀਗਾ, ਮੈਂ ਮੇਰੇ ਫਾਦਰ ਸਾਹਿਬ ਇੰਸਪੈਕਟਰ ਨੇ, ਅਤੇ ਉਹਨਾਂ ਨੂੰ ਬੜਾ ਔਖਾ ਲੱਗਦਾ ਵੀ ਜਦੋਂ ਵੀ ਮੁੰਡਾ ਮੈਂ ਹੀ ਪੜ੍ਹਾਇਆ ਆ ਅਤੇ ਉਹ ਸਿੰਗਿੰਗ ਗੱਲ ਕਿੱਦਾਂ ਚੱਲ ਜੂਗਾ ਨਾ ਜੀ। ਬਿਲਕੁਲ, ਅਸੀਂ ਜਦੋਂ ਕਾਲਜ 'ਚ ਹੁੰਦੇ ਸੀਗੇ, ਮੈਨੂੰ 10 ਸਾਲ ਭੰਗੜਾ ਪਾਉਂਦੇ ਨੂੰ ਹੋ ਗਏ, ਅਤੇ ਮੈਂ ਭੰਗੜਾ ਪਾਉਂਦਾ ਸੀ, ਮੈਂ ਉਦੋਂ ਵੀ ਫਾਦਰ ਸਾਹਿਬ ਨੂੰ ਦੱਸਿਆ ਨਹੀਂ, ਕਿਉਂਕਿ ਕਹਿੰਦੇ ਕਹਿੰਦੇ ਮੈਂ ਤੇਰੇ 'ਤੇ ਪੈਸੇ ਲਾਏ ਨੇ, ਪੈਸੇ ਖਰਾਬ ਨਹੀਂ ਹੋਣੇ ਚਾਹੀਦੇ ਜੀ, ਬਿਲਕੁਲ, ਸਿਰਫ ਪੜ੍ਹਿਆ ਕਰ। ਅਤੇ ਮੈਂ ਚੋਰੀ ਉਹਨਾਂ ਤੋਂ ਭੰਗੜਾ ਕਰਨਾ, ਫਿਰ ਹੌਲੀ ਹੌਲੀ ਯੂਨੀਵਰਸਿਟੀ ਦਾ ਜਿੱਤੇ, ਯੂਥ ਫੈਸਟੀਵਲ ਜਿੱਤੇ, ਫਿਰ ਹੌਲੀ ਹੌਲੀ ਟੀਮ ਸਿਲੈਕਸ਼ਨ ਹੋ ਗਈ, ਅਸੀਂ ਰਸ਼ੀਆ ਗਏ, ਉੱਥੇ ਇੰਟਰਨੈਸ਼ਨਲ ਫੋਕ ਫੈਸਟੀਵਲ ਸੀ, ਉਹਦੇ 'ਚ ਗੋਲਡ ਮੈਡਲਿਸਟ ਰਹੇ ਅਸੀਂ, ਅਤੇ 2015 ਵਿੱਚ 19 ਅਪ੍ਰੈਲ ਨੂੰ, ਅਤੇ ਹੌਲੀ ਹੌਲੀ ਬਾਬਾ ਜੀ ਨੇ ਬੜੀ ਤਰੱਕੀ। ਅਤੇ ਮੇਰੇ ਦਿਲ 'ਚ ਇੱਕ ਗੱਲ ਰਹਿੰਦੀ ਸੀ ਹਮੇਸ਼ਾ ਵੀ ਜੇ ਭੰਗੜਾ ਪਾਉਣਾ ਉਹ 'ਚ ਵੀ ਤੁਸੀਂ ਇੱਦਾਂ ਦਾ ਪਾਓ ਵੀ ਇਕੱਲੇ ਦਿਖਣੇ ਚਾਹੀਦੇ, ਵੱਖਰੇ ਤੁਹਾਡੀ ਤਾਰੀਫ ਹੋਵੇ ਨਾ ਜੀ, ਜੋ ਕਰੋ ਦਿਲ ਨੂੰ ਕਰੋ। ਫਿਰ ਮੈਨੂੰ ਯਾਰ ਇੱਕ ਟੀਮ ਨਾਲ ਇਹ ਚੀਜ਼ ਜਿੱਤੀ ਆ, ਹੁਣ ਇਕੱਲੇ ਨੇ ਜਿੱਤਣੀ,
ਕੱਲੇ ਨਾ ਜਿੱਤਣੀ ਫਿਰ ਉਹ ਸਿੰਗਿੰਗ ਹੀ ਸੀਗੀ ਮੇਰੇ ਕੋਲ, ਕਿਉਂਕਿ ਮੇਰਾ ਜੀ ਨਹੀਂ ਕਰਦਾ ਮੈਂ ਕਿਸੇ ਥੱਲੇ ਨੌਕਰੀ ਕਰਾਂ ਨਾ ਮੇਰਾ ਕੋਈ ਬੌਸ ਹੋਵੇ, ਮੈਂ ਖੁਦ ਆਪਣੀ ਜ਼ਿੰਦਗੀ ਦਾ ਬੌਸ ਆ, ਨਾ ਕਿਸੇ ਨੂੰ ਥੱਲੇ ਰੱਖਿਆ ਨਾ ਆਪ ਰਹਿਣ ਜੀ। ਬਹੁਤ ਵਧੀਆ ਗੱਲ ਹੈ, ਜ਼ਿੰਦਗੀ ਦੇ ਖੁਦ ਬੌਸ ਹੋਣਾ ਬਹੁਤ ਜ਼ਰੂਰੀ ਹੈ। ਸੋ ਬਹੁਤ ਸੋਹਣੀ ਗੱਲ ਕੀਤੀ ਗੈਰੀ ਨੇ, ਸੱਚੀ ਗੈਰੀ ਬਹੁਤ ਸੋਹਣੀ ਲੱਗੀ ਮੈਨੂੰ ਇਹ ਗੱਲ। ਮਿਊਜ਼ਿਕ, ਸੰਗੀਤ, ਗਾਉਣਾ, ਗਾਇਕੀ ਦੇ ਲਈ ਇੱਕ ਸੁਰੀਲਾ ਕੰਠ ਹੋਣਾ ਤਾਂ ਜ਼ਰੂਰੀ ਆ। ਰਿਆਜ਼ ਕਰਦੇ ਹਾਂ ਅਸੀਂ, ਮਿਹਨਤ ਕਰਦੇ ਹਾਂ, ਪਰ ਇੱਕ ਮਾਰਗ ਦਰਸ਼ਕ ਵੀ ਹੋਣਾ ਬਹੁਤ ਜ਼ਰੂਰੀ ਹੈ। ਔਰ ਤੁਹਾਡੇ ਮਾਰਗ ਦਰਸ਼ਕ ਮੇਰੇ ਕਹਿਣ ਤੋਂ ਤੁਹਾਡੇ ਉਸਤਾਦ ਜਿਨ੍ਹਾਂ ਤੋਂ ਤੁਸੀਂ ਤਾਲੀਮ ਲਿੱਤੀ। ਤਾਲੀਮ ਜੀ ਦੇਖੋ, ਸਾਰੇ ਜਿੱਦਾਂ ਅਸੀਂ ਭਾਵੇਂ ਤੁਰਨਾ ਸਿੱਖਦੇ ਹਾਂ, ਰੋਟੀ ਖਾਣਾ, ਭਾਵੇਂ ਬੋਲਣਾ, ਸਾਡੀ ਮਾਂ ਸਿਖਾਉਂਦੀ ਹੈ ਸਾਨੂੰ, ਸਾਡੇ ਆਸ ਪਾਸ ਜਿਹੜੇ ਸਾਰੇ ਹੁੰਦੇ। ਅਤੇ ਜਿੱਦਾਂ ਤੁਸੀਂ ਕਹਿ ਸਕਦੇ, ਮੇਰਾ ਘਰ, ਮੇਰਾ ਪਿੰਡ ਘਰਾਣਾ, ਸਾਡਾ ਜਿਹੜਾ ਘਰ ਆ ਗੁਰਦੁਆਰਾ ਸਾਹਿਬ ਦੇ ਨਾਲ ਆ, ਬਿਲਕੁਲ ਨਾਲ ਇਕੱਠਾ। ਅਤੇ ਸਾਡੇ ਪ੍ਰਭਾਤ ਫੇਰੀ ਜਦੋਂ ਨਿਕਲਦੀ ਸੀ, ਮੇਰੇ ਦਾਦਾ ਜੀ ਅਤੇ ਮੇਰੇ ਦਾਦੀ ਜੀ, ਮੇਰੇ ਬੀਜੀ ਅਤੇ ਪਾਪਾ ਜੀ ਸਾਡੇ ਕਹਿੰਦੇ ਨੇ, ਅਤੇ ਨਾ ਉਹਨਾਂ ਨੇ ਪ੍ਰਭਾਤ ਫੇਰੀ ਜਾਣਾ, ਬੜੇ ਸ਼ਬਦ ਬੋਲਣੇ, ਮੈਨੂੰ ਵੀ ਲੈ ਜਾਣਾ ਉਹਨਾਂ ਨੇ ਚੱਕ ਕੇ। ਅਤੇ ਮੈਂ ਤੋਤਲੀ ਵਾਲ 'ਚ ਛੋਟਾ ਹੁੰਦਾ ਸੀ, ਉਹਨਾਂ ਦੇ ਜਿੱਦਾਂ ਤੁਸੀਂ ਦੇਖਿਆ ਪਿੰਡਾਂ 'ਚ ਚੁੱਲ੍ਹੇ ਹੁੰਦੇ ਸੀ ਅਤੇ ਗੋਹੇ ਲੱਗੇ ਹੁੰਦੇ, ਉਹਨਾਂ ਨੂੰ ਚਿਮਟੇ ਨਾਲ ਸੈੱਟ ਕਰਦੇ ਸੀ ਗੋਹੇ, ਨਾ ਚਿਮਟਾ ਹੁੰਦਾ ਸੀ ਇੱਕ ਨਾ ਗੋਹੇ ਸੈੱਟ ਕਰਨ ਵਾਲਾ। ਅਤੇ ਬਾਬੇ ਨੂੰ ਮੈਂ ਵੇਖਣਾ ਵੀ ਉਹ ਚਿਮਟਾ ਵਜਾਉਂਦਾ, ਮੈਂ ਘਰ ਆ ਕੇ ਗੋਹਿਆਂ ਨਾਲ ਤੋਤਲੀ ਵਾਲ 'ਚ ਬੋਲਦਾ ਨਹੀਂ, ਮੰਮੀ ਚਿੱਟਾ ਲਾ ਮੈਂ ਸ਼ਬਦ ਬੋਲਣਾ ਕੋਈ ਚੀਜ਼। ਅਤੇ ਮੈਨੂੰ ਉਦੋਂ ਦੀ ਆਦਤ ਪਈ, ਫਿਰ ਮੈਂ ਜਦੋਂ ਥੋੜ੍ਹਾ ਜਵਾਨ ਹੁੰਦਾ ਗਿਆ ਜਾਂ ਥੋੜ੍ਹਾ ਬਚਪਨ ਹੋਈ ਸੰਭਾਲੀ, ਫਿਰ ਮੈਂ ਪ੍ਰਭਾਤ ਫੇਰੀ ਜਾ ਕੇ ਖੁਦ ਸ਼ਬਦ ਬੋਲਣੇ, ਮੇਰਾ ਉਦੋਂ ਝਾਕਾ ਖੁੱਲ੍ਹ ਗਿਆ। ਪਰ ਇਹ ਆ ਵੀ ਜਦੋਂ ਥੋੜ੍ਹੇ ਜਿਹੇ ਵੱਡੇ ਹੋਏ ਫਿਰ ਭੰਗੜੇ ਵੱਲੋਂ ਥੋੜ੍ਹਾ ਜਿਹਾ ਇੱਧਰ ਨੂੰ ਆਪਾਂ ਸਵਿੱਚ ਕਰ ਲਿਆ। ਵਧੀਆ ਚੀਜ਼, ਵਧੀਆ ਗੱਲ ਕੀਤੀ ਤੁਸੀਂ। ਉਸਤਾਦ, ਮੈਂ ਪੁੱਛਿਆ ਸੀ ਤੁਹਾਨੂੰ ਤਾਲੀਮ ਕਿੰਨਾ ਤੋਂ ਲਿੱਤੀ, ਤੁਸੀਂ ਸਿੱਖਿਆ ਗਾਉਣਾ ਕਿਸੇ ਤੋਂ, ਕੋਈ ਉਸਤਾਦ ਤੁਹਾਡੇ? ਮੈਂ ਜੀ ਸੰਗਤ ਕੀਤੀ ਥੋੜ੍ਹਾ ਚਿਰ ਗੁਰਮੀਤ ਬਾਬਾ ਜੀ ਹੁਣਾਂ ਕੋਲ, ਉਹਨਾਂ ਦੀ ਬੇਟੀ ਨੇ ਨਾਚੀ ਬਾਬਾ ਜੀ, ਅਤੇ ਥੋੜ੍ਹਾ ਚਿਰ ਉਹਨਾਂ ਕੋਲ ਗਿਆ ਮੈਂ, ਅਤੇ ਵਾਹਿਗੁਰੂ ਨੇ ਬੜੀ ਕਿਰਪਾ ਕੀਤੀ ਹੈ ਜੀ। ਤੁਸੀਂ ਲਾਚੀ ਬਾਬਾ ਜੀ ਹੁਣਾਂ ਤੋਂ ਤਾਲੀਮ ਚੜੀ ਉਹ ਲਿੱਤੀ। ਗੁਰਮੀਤ ਬਾਬਾ ਜੀ ਇੱਕ ਇੱਦਾਂ ਦਾ ਨਾਮ ਸੀ ਪੰਜਾਬੀ ਕੀ ਮਿਊਜ਼ਿਕ ਇੰਡਸਟਰੀ ਵਿੱਚ, ਪੰਜਾਬੀ ਐਜ਼ ਅ ਸਿੰਗਰ ਆਪਾਂ ਨੂੰ ਲੈ ਲਈਏ, ਇੱਕ ਫੋਕ ਜਿਹੜਾ ਸੀ ਜੋ ਗਾ ਗਏ ਉਹ ਮੈਨੂੰ ਨਹੀਂ ਲੱਗਦਾ ਅੱਜ ਕੋਈ ਵੀ ਸਟਾਰ ਗਾ ਸਕਦਾ ਹੈ, ਉਹ ਚੀਜ਼ ਨੂੰ ਕੋਈ ਵੀ ਨਹੀਂ ਗਾ ਸਕਦਾ। ਅਗਰ ਕੋਈ ਉਹਨਾਂ ਦੇ ਗੀਤਾਂ ਨੂੰ ਗਾਉਂਦਾ ਵੀ ਹੈ ਤਾਂ ਉਹਦੇ ਨਾਲ ਇਨਸਾਫ਼ ਨਹੀਂ ਕਰ ਪਾਉਂਦਾ, ਕਿਉਂਕਿ ਜੋ ਉਹ ਗਾ ਗਏ। ਸੋ ਇੱਕ ਬਹੁਤ ਵੱਡਾ ਨਾਮ ਸੀ ਜਿਹਨਾਂ ਦੇ ਪਰਿਵਾਰ ਤੋਂ ਤੁਸੀਂ ਤਾਲੀਮ ਲਿੱਤੀ, ਇੱਕ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਸਥਾਨ ਰੱਖਦਾ ਹੈ। ਤੁਹਾਡੀ ਐਜੂਕੇਸ਼ਨ, ਤੁਹਾਡੀ ਬੈਕਗਰਾਉਂਡ, ਔਰ ਬੈਕਗਰਾਉਂਡ ਤੁਸੀਂ ਦੱਸਿਆ ਕੁਰਾਲਾ ਪਿੰਡ ਹੈ, ਕੁਰਾਲਾ ਪਿੰਡ ਗੁਰਦਾਸਪੁਰ ਸ਼ਹਿਰ 'ਚ ਜੀ, ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕੁਰਾਲਾ, ਗੁਰਦਾਸਪੁਰ ਸ਼ਹਿਰ ਤੋਂ ਬਿਲੋਂਗ ਕਰਦਾ ਹਾਂ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਸੋ ਮਾਝੇ ਏਰੀਏ ਦਾ ਗੱਭਰੂ ਅਤੇ ਦਸਤਾਰ ਬੰਨੀ ਹੋਈ ਹੈ, ਪੱਗ ਬਹੁਤ ਸੋਹਣੀ ਬੰਨੀ ਹੋਈ ਹੈ ਮੁੰਡੇ ਨੇ। ਤੁਹਾਡਾ ਬਦਾਮੀ ਰੰਗੀਏ ਇੱਕ ਟਰੈਕ ਹੈ, ਉਹਦੇ ਗੀਤ ਵੀ ਮੈਂ ਦੋ ਬੋਲ ਜ਼ਰੂਰ ਸੁਣਨੇ ਚਾਹੁੰਦੀ ਹਾਂ। ਮੇਰਾ ਪਹਿਲਾ ਗਾਣਾ ਸੀਗਾ ਜੀ ਜਿਤਨਾ ਮੈਂ ਪੰਜਾਬੀ ਇੰਡਸਟਰੀ 'ਚ ਡੈਬਿਊ ਕੀਤਾ ਸੀਗਾ, ਪਹਿਲਾ ਗਾਣਾ ਜਿਹਦੇ ਮੈਂ ਐਂਟਰ ਕੀਤਾ ਸੀਗਾ ਅਮਰ ਆਡੀਓ ਤੋਂ ਆਇਆ ਸੀਗਾ। ਜਦੋਂ ਬੰਨਦਾ ਏ ਮੋਰਨੀ ਜੀ ਪੱਗ ਅੱਲੜੇ, ਲਾਈ ਜਾਵੇ ਕਾਲ ਜੇਤੀ ਅੱਗ ਅੱਲੜੇ, ਅੱਗ ਦੇ ਭੰਬੂਕੇ ਵਾਂਗੂ ਮੱਚਦਾ ਬੜਾ, ਅੱਗ ਦੇ ਭੰਬੂਕੇ ਵਾਂਗੂ ਮੱਚਦਾ ਬੜਾ, ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ ਨੀ ਮੁੰਡਾ ਤੇਰੀਆਂ ਸਹੇਲੀਆਂ ਨੂੰ ਜੱਚਦਾ ਬੜਾ, ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ ਨੀ ਮੁੰਡਾ ਤੇਰੀਆਂ ਸਹੇਲੀਆਂ ਨੂੰ ਜੱਚਦਾ ਬੜਾ। ਹੋ ਬਹੁਤ ਸੋਹਣੀਆਂ ਲਾਈਨਾਂ ਨੇ ਜੀ ਇਹ ਗੀਤ ਦੀਆਂ, ਬਹੁਤ ਪਿਆਰਾ ਜਿਹਾ ਗੀਤ ਹੈ। ਹਾਂਜੀ ਹੈਰੀ ਕਾਲੋ ਜੀ, ਤੁਸੀਂ ਇਸ ਟਾਈਮ ਗੈਰੀ ਧਾਲੀਵਾਲ ਦੇ ਨਾਲ ਹੋ ਅਤੇ ਤੁਸੀਂ ਇਹਨਾਂ ਦੇ ਨਾਲ ਇੱਕ ਟਰੈਕ ਵੀ ਕਰ ਚੁੱਕੇ ਹੋ ਜੀ, ਔਰ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਇਹਨਾਂ ਦੇ ਨਾਲ ਕੰਮ ਕਰਨ ਦਾ? ਬਹੁਤ ਵਧੀਆ ਐਕਸਪੀਰੀਅੰਸ ਰਿਹਾ, ਐਕਚੁਅਲੀ ਮੇਰੇ ਮਾਮਾ ਜੀ ਦੇ ਬੇਟੇ ਨੇ। ਅੱਛਾ, ਤੁਸੀਂ ਕਜ਼ਨਸ ਹੋ? ਹਾਂ ਜੀ, ਮੇਰਾ ਬ੍ਰਦਰ ਹੈ, ਮੇਰੇ ਭੂਆ ਦਾ ਬੇਟਾ ਹੈ। ਸਰਦਾਰ ਨੇ ਸਾਡੇ ਤੇ ਬਹੁਤ ਵਧੀਆ ਐਕਸਪੀਰੀਅੰਸ, ਸ਼ੁਰੂ ਤੋਂ ਜਾਣਦੇ ਆਪਾਂ, ਬਟ ਲੋੜਗੜ ਜੱਟ ਗਾਣਾ ਕਰਨ ਤੋਂ ਬਾਅਦ ਆਪਾਂ ਮਿਲੇ ਹਾਂ ਵੈਸੇ ਐਕਚੁਅਲੀ ਮਿਊਜ਼ਿਕ ਵਿੱਚ, ਤੇ ਕਾਫੀ ਗਾਣੇ ਕੀਤੇ ਮਿਊਜ਼ਿਕ ਲਾਈਨ ਦੇ ਵਿੱਚ। ਅੱਛਾ, ਮਿਊਜ਼ਿਕ ਲਾਈਨ ਦੇ ਵਿੱਚ ਤੁਸੀਂ, ਆਪਣੀ ਟੀਮ ਨੇ ਜ਼ਿਆਦਾਤਰ ਗਾਣੇ ਕੀਤੇ ਹੋਏ ਐਂਡ ਤਾਰੇ ਲਾਰੇ ਗਾਣਾ ਇੱਕ ਸਾਡਾ ਕਾਫੀ ਵਧੀਆ ਗਿਆ, ਹਿੱਟ ਗਿਆ ਗਾਣਾ, ਜ਼ਰੂਰ ਦੋ ਬੋਲ ਸੁਣਨੇ ਚਾਹਾਂਗੇ। ਹੁਣੇ ਉਹ ਤਾਰੇ ਗਿਣਦੀ ਹੈ ਮੈਂ ਉਹਦੇ ਲਾਰੇ ਗਿਣਦਾ ਆ, ਹੁਣੇ ਉਹ ਤਾਰੇ ਗਿਣਦੀ ਹੈ ਮੈਂ ਉਹਦੇ ਲਾਰੇ ਗਿਣਦਾ ਆ। ਕੀ ਬਾਤ ਹੈ ਜੀ, ਹੋਰ ਤੁਹਾਡੇ ਆਉਣ ਵਾਲੇ ਪ੍ਰੋਜੈਕਟ ਕਿਹੜੇ ਕਿਹੜੇ ਟਰੈਕਸ ਜੁੜੇ ਆ ਰਹੇ ਨੇ, ਕਿੰਨੇ ਕਿੰਨੇ ਦੀਆਂ ਆਵਾਜ਼ਾਂ? ਇੱਕ ਗੈਰੀ ਭਾਈ ਨਾਲ ਗਾਣਾ ਆ ਰਿਹਾ, ਗੁੱਚੀ ਗਾਣਾ ਆ ਰਿਹਾ, ਉਸ ਤੋਂ ਬਾਅਦ ਇੱਕ ਹੱਸ ਕੇ ਗਾਣਾ ਰਣਵੀਰ ਭਾਈ ਦੀ ਆਵਾਜ਼ 'ਚ ਆ, ਉਸ ਤੋਂ ਬਾਅਦ ਇੱਕ ਵਾਇਸ ਤੋਂ ਪੰਜਾਬ ਵਾਲਾ ਮੁੰਡਾ ਬਣਿਆ ਸੀ ਅਜੀਤ ਸਿੰਘ, ਉਸ ਨਾਲ ਇੱਕ ਗਾਣਾ ਹੈਗਾ, ਹੋਰ ਵੀ ਇੱਦਾਂ ਕਾਫੀ ਗਾਣੇ ਆ, ਕਾਫੀ ਫਨਕਾਰ ਸਟਾਰਸ ਦੀ ਆਵਾਜ਼ ਤੁਹਾਡੇ ਕੀਤਾ ਰਹੇ ਨੇ ਜੀ। ਗੈਰੀ ਜੀ,
ਤੁਹਾਡੀ ਜ਼ਿੰਦਗੀ ਜਿਹੜੀ ਹੈ ਬੜੀ ਉਲਝਣਾ ਭਰੀ ਵੀ ਜ਼ਰੂਰ ਰਹੀ ਹੋਏਗੀ, ਕਿਉਂਕਿ ਕਿਸੇ ਬੰਦੇ ਨੂੰ ਇੱਕ ਮੁਕਾਮ ਜਿਹੜਾ ਇੰਨਾ ਆਸਾਨੀ ਨਾਲ ਨਹੀਂ ਮਿਲ ਜਾਂਦਾ, ਇੰਨਾ ਸੌਖਾ ਨਹੀਂ ਮਿਲ ਜਾਂਦਾ। ਇਹ ਜਿਹੜਾ ਸਟਰਗਲ ਪੀਰੀਅਡ ਸੀ, ਉਸ ਟਾਈਮ ਕਦੀ ਆਸ ਛੱਡੀ ਸੀ ਜਾਂ ਹਿੰਮਤ ਦੇ ਨਾਲ ਚੱਲਦੇ ਗਏ ਸੀ? ਮੈਂ ਬੜਾ ਸ਼ੁਕਰਗੁਜ਼ਾਰ ਹਾਂ ਮੇਰੇ ਚਾਚਾ ਜੀ ਸਰਦਾਰ ਸੁਰਿੰਦਰ ਸਿੰਘ ਜੀ, ਮੈਂ ਹਰ ਇੰਟਰਵਿਊ ਦੇ ਵਿੱਚ ਮੈਂ ਨਾਮ ਲੈਂਦਾ ਉਹਨਾਂ ਦਾ। ਮੈਂ ਗਾਣਿਆਂ ਦੇ ਵਿੱਚ ਵੀ ਜਦੋਂ ਕੈਪਸ਼ਨ ਪਾਉਣੀ ਹੁੰਦੀ ਨਾ, ਉਹਨਾਂ ਨੂੰ ਪੁੱਛਦੇ ਕੰਪਨੀਆਂ ਵਾਲੇ ਵੀ ਅੱਛਾ ਯਾਰ ਇੱਥੇ ਕਿਹਦਾ ਪਾਉਣਾ, ਮੈਂ ਵੀ ਮੇਰੇ ਚਾਚਾ ਜੀ ਦਾ ਨਾਮ ਪਾਉਣਾ ਇੱਥੇ ਸਰਦਾਰ ਸੁਰਿੰਦਰ ਸਿੰਘ ਧਾਲੀਵਾਲ। ਅਤੇ ਜੋ ਵੀ ਅੱਜ ਉਹਨਾਂ ਕਰਕੇ ਆ, ਕਿਉਂਕਿ ਡੈਡ ਨੂੰ ਤਾਂ ਚੀਜ਼ਾਂ ਤੁਹਾਨੂੰ ਮੈਂ ਦੱਸਿਆ ਪਸੰਦ ਨਹੀਂ ਸੀ ਜੀ, ਬਿਲਕੁਲ। ਉਹਨਾਂ ਨੇ ਮੈਨੂੰ, ਮੈਂ ਗਾਣੇ ਲਿਖ ਕੇ ਯੂਟਿਊਬ 'ਤੇ ਪਾਉਂਦਾ ਹੁੰਦਾ ਸੀ, ਅਤੇ ਮੇਰੇ ਉਹਨਾਂ ਦੇ ਬ੍ਰਦਰ ਇਨ ਲਾਅ, ਮਤਲਬ ਜਿਹੜੇ ਸਾਡੇ ਮਾਮਾ ਜੀ ਨੇ ਚਾਚਾ ਜੀ ਦੇ ਸਾਲਾ ਸਾਹਿਬ, ਉਹ ਕਰਾਉਂਦੇ ਨੇ ਛਿੰਝ ਲਮੀਣੀ ਪਠਾਨਕੋਟ। ਮੇਰੇ 2015 'ਚ ਮੇਰਾ ਜੇ ਕੋਈ ਗਾਣਾ ਨਹੀਂ ਸੀ ਆਇਆ, ਅਤੇ ਉਹਨਾਂ ਨੇ ਮੈਨੂੰ ਸਟੇਜ 'ਤੇ ਚੜਾਇਆ ਸੀਗਾ, ਮੈਨੂੰ ਇੱਧਰ ਤੋਰਨ ਵਾਲੇ ਉਹ ਬੰਦੇ ਨੇ, ਅਤੇ ਉਹਨਾਂ ਦੇ ਕਰਕੇ ਉਹਨਾਂ ਨੇ ਹੀ ਮੈਨੂੰ ਗਾਣੇ ਦੇ ਪਹਿਲੇ ਦੇ ਪੈਸੇ ਦਿੱਤੇ ਕਿ ਕਹਿੰਦੇ ਡੈਡ ਨੂੰ ਨਾ ਦੱਸੀ ਮੈਂ ਦਿੰਦਾ ਤੈਨੂੰ, ਅਤੇ ਤੂੰ ਕਰ, ਤੂੰ ਆਪਣਾ ਸ਼ੌਂਕ ਪੂਰਾ ਕਰ ਲਾ। ਅਤੇ ਫਿਰ ਹੌਲੀ ਹੌਲੀ ਜੋ ਵੀ ਆ ਅੱਜ ਤੱਕ ਉਹ ਸਪੋਰਟ ਕਰ ਰਹੇ ਨੇ, ਬੜਾ ਸਟਰਗਲ ਰਿਹਾ। ਅੱਛਾ, ਬੜੇ ਲੋਕਾਂ ਨੇ ਲੋਨ ਲਿਆ, ਫਾਦਰ ਸਾਹਿਬ ਲਾਈਕ ਨਹੀਂ ਕਰਦੇ ਸੀ ਨਾ? ਨਹੀਂ ਨਹੀਂ। ਔਰ ਜਦੋਂ ਲਾਊਡ ਜੈਟ ਇੰਡਸਟਰੀ 'ਚ ਆਇਆ ਔਰ ਇੰਨਾ ਧਮਾਲ ਮਚਾ ਕੇ ਗਿਆ, ਉਸ ਤੋਂ ਬਾਅਦ ਫਾਦਰ ਸਾਹਿਬ ਦਾ ਰਿਐਕਸ਼ਨ ਕੀ ਸੀ? ਉਹ ਮੈਨੂੰ ਕਹਿੰਦੇ ਕਹਿੰਦੇ ਉਹ ਲੋਕੀ ਕਹਿੰਦੇ ਨੇ ਉਹ ਜਾਣਾ ਲਾਊਡ ਜੈਟ ਵਾਲੇ ਦਾ ਡੈਡੀ, ਉਹ ਉਹਦਾ ਉਹਨਾਂ ਦਾ ਮੁੰਡਾ ਹੈ ਲਾਊਡ ਜੈਟ ਵਾਲਾ ਜੀ। ਅੱਛਾ, ਮਤਲਬ ਉਸ ਟਾਈਮ ਜੋ ਪੇਰੈਂਟਸ ਸੀ, ਉਸ ਟਾਈਮ ਤੁਹਾਨੂੰ ਕਿੱਦਾਂ ਦਾ ਫੀਲ ਹੋਇਆ ਜਦੋਂ ਉਹਨਾਂ ਨੇ ਇਹ ਗੱਲ ਕਹੀ ਕਿ ਹਾਂ, ਮਤਲਬ ਗੈਰੀ ਜਿਹਨੂੰ ਸਿੰਘ ਦੇ ਮਾਮਲੇ 'ਚ ਖੋਟਾ ਸਿੱਕਾ ਸਮਝਦੇ ਸੀ, ਜਿੱਥੇ ਪੈਸੇ ਨਹੀਂ ਵੇਸਟ ਕਰਨਾ ਚਾਹੁੰਦੇ ਸੀ, ਅਤੇ ਜਦੋਂ ਲਾਊਡ ਜੈਟ ਇੰਡਸਟਰੀ 'ਚ ਆਇਆ, ਲਾਊਡ ਜੈਟ ਇੰਨਾ ਧਮਾਲ ਮਚਾ ਕੇ ਗਿਆ, ਉਸ ਟਾਈਮ ਜਦੋਂ ਉਹਨਾਂ ਨੇ ਇਹ ਗੱਲ ਕਹੀ, ਤੁਹਾਨੂੰ ਕਿੱਦਾਂ ਦਾ ਫੀਲ ਹੋਇਆ ਉਸ ਟਾਈਮ? ਤੁਹਾਡੀ ਫੀਲਿੰਗ ਕੀ ਸੀ? ਮੈਂ ਇਮੋਸ਼ਨਲ ਹੋ ਗਿਆ ਸੀਗਾ, ਵੀ ਮੈਂ ਕਿਹਾ ਅੱਛਾ ਇੱਦਾਂ ਵੀ ਆ। ਅੱਛਾ, ਕੀ ਕਿਹਾ ਸੀ ਉਸ ਟਾਈਮ, ਉਹ ਦੱਸੋ, ਕਿਉਂਕਿ ਖੱਟੀਆਂ ਮਿੱਠੀਆਂ ਯਾਦਾਂ, ਸਾਡੇ ਪ੍ਰੋਗਰਾਮ ਦਾ ਨਾਮ ਤੇ ਖੱਟੀਆਂ ਮਿੱਠੀਆਂ ਯਾਦਾਂ ਦਾ ਫਿਰ ਬਣਦੀਆਂ। ਕੁਛ ਨਹੀਂ ਕਿਹਾ, ਮੈਂ ਇਮੋਸ਼ਨਲ ਹੋ ਗਿਆ। ਸਾਡੇ ਘਰ ਨਾ, ਸਾਡੇ ਫਾਦਰ ਸਾਹਿਬ ਬਹੁਤ ਘੱਟ ਹੱਸਦੇ ਨੇ, ਬਹੁਤ ਸੀਰੀਅਸ ਰਹਿੰਦੇ ਨੇ, ਹਾਂ ਤੂੰ ਇੱਦਾਂ ਕਰਨਾ ਹੈ, ਆਹ ਕੰਮ ਇੱਦਾਂ ਕਰਦੇ, ਬਸ ਇਸ ਤੱਕ। ਅਤੇ ਮੈਨੂੰ ਉਦਣ ਦੱਸਿਆ, ਅਤੇ ਉਦਣ ਹੱਸੇ ਕਿ ਬਦਾਮੀ ਰੰਗੇ ਵਾਰੀ ਵੀ ਇੱਕ ਵਾਰ ਕਿਹਾ ਸੀਗਾ ਲੋਕੀ, ਉਹ ਤੇਰਾ ਲੋਕੀ ਗਾਣਾ ਬੋਲਦੇ ਨੇ ਉਹ ਬਾਹਰ, ਅਤੇ ਕਿਹਾ ਉਹਨਾਂ ਨੇ ਗੁੱਸੇ ਨਾਲ, ਭਾਵੇਂ ਤੇਰਾ ਗਾਣਾ ਬੋਲਦੇ ਨੇ ਬਾਹਰ ਸਾਰੇ। ਅੱਛਾ ਜੀ, ਠੀਕ ਆ। ਉਹ ਜਿਹੜੇ ਫਾਦਰਸ ਹੁੰਦੇ ਨਾ, ਉਹਨਾਂ ਦੇ ਜਿਹੜਾ ਗੁੱਸਾ ਹੁੰਦਾ ਹੈ, ਪੇਰੈਂਟਸ ਦਾ ਗੁੱਸਾ ਹੁੰਦਾ, ਉਹਦੇ ਵਿੱਚ ਵੀ ਇੱਕ ਪਿਆਰ ਛੁਪਿਆ ਹੁੰਦਾ ਹੈ ਨਾ, ਕਿਉਂਕਿ ਉਹ ਸਾਨੂੰ ਇੱਕ ਜ਼ਿੰਦਗੀ ਦੀ ਸੇਧ ਦਿੰਦਾ ਆ ਜੀ। ਔਰ ਤੁਹਾਡੇ ਜਿਹੜੇ ਆਉਣ ਵਾਲੇ ਪ੍ਰੋਜੈਕਟ ਨੇ, ਆਉਣ ਵਾਲੇ ਟਰੈਕ ਨੇ, ਉਹਨਾਂ ਦੀ ਤਿਆਰੀ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਤਿਆਰੀ ਹੈ, ਦੇਖੋ ਸਾਰੀ ਟੀਮ ਦੀ ਮਿਹਨਤ ਹੁੰਦੀ ਆ, ਇਕੱਲਾ ਮੈਂ ਕੁਛ ਨਹੀਂ ਕਰ ਸਕਦਾ, ਮੇਰੇ ਨਾਲ ਸਾਰੇ ਜਣੇ ਵੀਰ ਸਾਰੀ ਸਪੋਰਟ ਕਰਦੇ ਨੇ। ਮੇਰਾ ਜਿਹੜਾ ਵੀ ਕੋਈ ਪ੍ਰੋਜੈਕਟ ਚੂਜ਼ ਕਰਨਾ, ਇਹ ਸਾਰੇ ਜਣੇ ਪਹਿਲਾਂ ਦੇਖਦੇ ਹਾਂ ਕੀ ਕਰਨਾ। ਮੇਰੇ ਹੁਣ ਤੱਕ 6-7 ਗਾਣੇ ਅੱਗੇ ਜਿਹੜੇ ਆਉਣ ਵਾਲੇ ਰੈਡੀ ਨੇ, ਲਾਊਡ ਜੈਟ ਤੋਂ ਬਾਅਦ ਜ਼ਿਆਦਾ ਗੈਪ ਪੈ ਗਿਆ, ਇਸ ਕਰਕੇ ਮੇਰੇ ਗਾਣੇ ਰੈਡੀ ਨਹੀਂ ਸੀਗੇ। ਹੁਣ ਮੇਰੇ ਗਾਣੇ ਸਾਰੇ ਰੈਡੀ ਨੇ, ਗੂਚੀ 22 ਨੂੰ ਆਉਣਾ, ਫਿਰ ਜਨਵਰੀ 'ਚ ਇੱਕ ਛੱਡਾਂਗੇ, ਫਿਰ ਮਾਰਚ 'ਚ ਛੱਡਾਂਗੇ, ਪਲੈਨਿੰਗ ਕੀਤੀ ਹੋਈ ਆ ਪੂਰੀ। ਅਤੇ ਇੱਕ ਗਾਣਾ ਹੋਰ ਆ ਮੈਨੂੰ, ਜਿਸ ਤੋਂ ਬੜੀ ਉਮੀਦ ਆ, ਗੂਚੀ ਤੋਂ ਬਾਅਦ ਇੱਕ ਪ੍ਰੋਪਰ ਜੱਟ ਗਾਣਾ, ਅਤੇ ਉਸ ਤੋਂ ਬਾਅਦ ਬਾਕੀ ਗਾਣਿਆਂ ਦਾ ਮੈਂ ਨਾਂ ਨਹੀਂ ਦੱਸਣਾ, ਗਾਣੇ ਲੀਕ ਹੋ ਜਾਂਦੇ, ਨਾਂ ਵੀ ਲੀਕ ਹੋ ਜਾਂਦਾ। ਇਹ ਗੱਲ ਜ਼ਰੂਰ ਹੈ, ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦੀ ਹਾਂ ਕਿ ਜਿਹੜਾ, ਕਿਉਂਕਿ ਅੱਜ ਕੱਲ੍ਹ ਹਰ ਇੰਡਸਟਰੀ ਦੇ ਵਿੱਚ ਬਹੁਤ ਚੀਜ਼ਾਂ ਜੁੜੀਆਂ ਨੇ, ਇੱਕ ਦੂਜੇ ਦੇ ਟੈਗ ਲਾਈਨ ਹੈਸ਼ਟੈਗ ਚੋਰੀ ਹੋ ਜਾਂਦੇ, ਬੜੇ ਆਰਾਮ ਨਾਲ ਹੋ ਜਾਂਦੇ, ਬੜੇ ਆਰਾਮ ਨਾਲ ਹੋ ਜਾਂਦੀਆਂ ਨੇ। ਤੁਹਾਡੇ ਸੁਪਨੇ ਹਰ ਬੰਦੇ ਦੇ ਹੁੰਦੇ ਨੇ, ਬੰਦੇ ਨੇ ਬੜੇ ਸਜਾਏ ਹੁੰਦੇ ਨੇ ਮੂਵੀ ਇੰਡਸਟਰੀ ਵੱਲ, ਬਹੁਤ ਸਿੰਗਰਸ ਜਾ ਰਹੇ ਨੇ, ਜੇ ਅਗਰ ਤੁਹਾਨੂੰ ਮੂਵੀਜ਼ 'ਚ ਕੋਈ ਬ੍ਰੇਕ ਮਿਲਦਾ ਹੈ, ਉਹਦੇ ਬਾਰੇ ਕੀ ਵਿਚਾਰ? ਦੇਖੋ ਸਾਰਿਆਂ ਦਾ ਸੁਪਨਾ ਹੁੰਦਾ ਨਾ ਵੀ ਆਪਾਂ ਇੱਕ ਸਟੈਪ ਅੱਗੇ ਜਾਈਏ, ਬਿਲਕੁਲ, ਕੋਈ ਪਿੱਛੇ ਜਾਣਾ ਨਹੀਂ ਚਾਹੁੰਦਾ। ਕੋਈ ਵੀ ਇੱਥੇ ਚੰਡੀਗੜ੍ਹ ਬੜੇ ਸਾਡੇ ਵਰਗੇ ਭਰਾ ਸੁਪਨੇ ਲੈ ਕੇ ਆਉਂਦੇ ਨੇ ਵੀ ਅਸੀਂ ਕੁਛ ਬਣੀਏ, ਵਾਹਿਗੁਰੂ ਸਾਰਿਆਂ ਦੀ ਨਹੀਂ ਸੁਣਦਾ, ਪਰ ਮੈਂ ਬਾਬੇ ਅੱਗੇ ਅਰਦਾਸ ਕਰਦਾ ਸੁਣੇ, ਅਸੀਂ ਵੀ ਉੱਦਾਂ ਹੀ ਆਏ ਹਾਂ ਸੁਪਨੇ ਲੈ ਕੇ, ਅਸੀਂ ਵੀ ਚਾਹੁੰਦੇ ਹਾਂ ਵੀ ਅਸੀਂ ਇੱਕ ਸਟੈਪ ਅੱਗੇ ਜਾਈਏ, ਪਿੱਛੇ ਨਾ ਹੀ ਜਾਈਏ, ਇੱਥੋਂ ਬੰਬੇ ਚੱਲ ਜਾਈਏ, ਇੱਥੋਂ ਪਿੰਡ ਨਾ ਜਾਈਏ ਜੀ, ਬਿਲਕੁਲ। ਮਤਲਬ ਇੱਕ ਸੁਪਨਾ ਹੈ ਜਾਏ ਮੂਵੀ ਇੰਡਸਟਰੀ ਵੱਲ ਮੂਵ ਕਰਨ ਦਾ ਜੀ। ਕਾਨੂੰ ਸਾਹਿਬ, ਮੈਂ ਤੁਹਾਨੂੰ ਵੀ ਪੁੱਛਣਾ ਚਾਹਾਂਗੀ ਕਿ ਤੁਸੀਂ ਲਿਖਦੇ ਹੋ, ਰਾਈਟਰ ਹੋ, ਔਰ ਇੱਕ ਰਾਈਟਰ ਨੂੰ ਜਦੋਂ ਕਿਸੇ ਫਨਕਾਰ ਦੀ ਆਵਾਜ਼ ਮਿਲ ਜਾਂਦੀ ਹੈ, ਅਤੇ ਉਹ ਜਿਹੜੇ ਬੋਲ ਨੇ ਪੂਰੇ ਆਵਾਮ 'ਚ ਬੋਲਦੇ ਨੇ, ਤੁਸੀਂ ਖੁਦ ਵੀ ਸਿੰਗਿੰਗ ਵੱਲ ਤੁਹਾਡਾ ਇੰਟਰਸਟ ਹੈਗਾ, ਰੋਜ਼ਾਨ ਹੈਗਾ? ਹਾਂਜੀ ਹਾਂਜੀ ਹੈਗਾ, ਬਾਕੀ ਮੈਂ ਗਾਈ ਭਾਈ ਦੇ ਬੁਰਾ ਵਾਲੇ ਗਾਣੇ 'ਚ ਫੀਟ ਕੀਤੀ ਹੈ, ਫੀਚਰਿੰਗ ਕੀਤੀ ਹੈ, ਇੱਕ ਖੁਦ ਵੀ ਗਾਣਾ ਕੀਤਾ, ਇੱਕ ਹੋਰ ਦੁਨੀਆਦਾਰੀ ਗਾਣਾ ਸੀ, ਕਾਫੀ ਵਧੀਆ ਸੱਚੀਆਂ ਗੱਲਾਂ ਵਾਲਾ ਗਾਣਾ ਸੀ, ਚਲੋ ਆਪਾਂ ਆਪਣੇ ਚੈਨਲ 'ਤੇ ਕੀਤਾ ਸੀ। ਉਸ ਤੋਂ ਬਾਅਦ ਇੱਕ ਹੋਰ ਗਾਣਾ ਆ ਰਿਹਾ ਜੀ, ਅਤੇ ਉਸ ਤੋਂ ਬਾਅਦ ਇੱਕ ਮੇਰਾ ਫਲੋ ਟੂ ਸਕਾਈ ਇੱਕ ਹੋਰ ਗਾਣਾ ਆ ਰਿਹਾ, ਉਹ ਜਨਵਰੀ ਫਰਵਰੀ ਸ਼ੇਅਰ ਕਰਾਂਗੇ ਆਪਾਂ ਵੀਡੀਓ ਕਰਾਂਗੇ। ਤੁਸੀਂ ਗੱਲ ਕੀਤੀ ਦੁਨੀਆਦਾਰੀ ਟਰੈਕ ਦੀ ਕੀਤੀ, ਸੋ ਦੁਨੀਆਦਾਰੀ ਗੀਤ ਦੇ ਬੋਲ, ਦੋ ਬੋਲ ਜ਼ਰੂਰ ਸੁਣਨੇ ਚਾਹਾਂਗੇ। ਆਇਆ ਸੀ ਚਲੋ ਗਾਣਾ ਵਿੱਚ ਸੁਣਾਉਣ ਵਾਲਾ ਤਾਂ ਨਹੀਂ, ਮੈਂ ਦੋ ਦਿਨ ਉੱਦਾਂ ਲੈਣਾ ਸੁਣਾ ਦੇਣਾ ਤੁਹਾਨੂੰ ਉਹਦੀ, ਹਾਂ ਚੰਗੇ ਲੈਣਾ ਜਿਹੜੀ ਹੁੰਦਾ ਹੋ ਮਤਲਬ ਪਹਿਲੇ ਨੰਬਰ ਤੇ ਆ ਐਂਡ ਤੇ ਆਰੀ ਯੂਰੀਏ ਇਮਾਨ ਸੇੜ ਤੇ ਲੱਗੇ ਆ ਸਾਲੇ ਇੰਨੇ ਨੋਟ ਜ਼ਰੂਰੀ ਏ
तू ते काका अज जमया आपां तां तेरे नाने आ ओ मदारी वाली बांदर दुनिया गांधी ले जांदी नाचया अगे यूट्यूब ते सुन लियो दुनियादारी गाने दा नाम क्या बात है जी वैसे जे मैं एक गल कहां कि गल्ला ता वैसे सच्चियां लिखियां ने खरियां लिखियां ने पर ए जरूर है क्योंकि सच हमेशा सच ते कच सारी दुनिया नु चुभदा है सच ते कच चुभदा है और सच कच चुभ जावे दे विच अपना कोई कसूर नहीं आपा लिखदे हां सानू रब ने कलम दित्ती है ता असी अपना फर्ज निभाता बड़ी गल बीबीसी नेटवर्क दे मुंडे दा गाना चल रिया साडे नहीं चले जी क्या बात है जी क्या बात है जी तबन बीच दा म्यूजिक सीगा ए गाना जी जी हां जी गैरी धारीवाल जी तुहाडा ट्रैक आ रहा जी नेक्स्ट गुची हां जी हां जी ओदे बारे अपने दर्शकां नु जो भी कहना है कह दियो क्योंकि अज तुहाडे कोल टाइम है कि ओदी प्रमोशन दे लई तुसी जो भी बोलना चाहंदे हो दिल खोल के बोल दो क्योंकि जिन्ना तुसी दिल खोल के बोलोगे ओना ही क्राउड ओनी ही ऑडियंस ओनी ही श्रोते तुहाडे गीत नु सपोर्ट करदे सारे यूके वाले दर्शक मेरे गाना जरूर देखियो 22 दिसंबर डेट नोट कर लो गुची गाना आ रहा है एचके म्यूजिक कंपनी तो हर्ष कटारिया पाजी होना दी कंपनी है ते प्रोड्यूसर वीओ ने जयदीप वीरे दा प्रोजेक्ट है लवदीप वीरे ने वीडियो कीती है टर्बन बीट्स दा म्यूजिक है हैरी कालो ने लिखा ते लवदीप वीरे ने वीडियो बनाई ते सारे जने शेयर सपोर्ट करियो धन्यवाद और लास्ट ते ओदे एक दो बोल जरूर हो दिंदी मार के समैला मुंडे मार जट्टीए तेरा हैरी कालो कर लू शिकार जट्टीए एज 18 पिछे हजारा घूमदी अकारा आशिक डारा सड़दियां नारा करन नु फिरन सकैन तेरा ओ नगरा नक ते गुची अख ते फैशन बिल्लो कैन तेरा पट लैणगे चक लैणगे जट गोरिए टैम तेरा क्या बात है जी जट्टा नु टाइम चक्कन तो बिना तो कोई फुर्सत नहीं हैगी और कोई काम तो जट्टा कोल है नहीं करने वास्ते ना बिल्कुल टाइम ही चकना है सो कहंदे छल्ला भन्न के बना लो शैन है जट्टा दा मुंडा गाण लग्या सो बहुत पुराना ट्रैक सी बहुत प्यारा जा गीत सी सो ओदिया लाइनां सी सो वाकई जी जट जदों कुछ करदे ने कुछ उल्टा पुल्टा ही करदे ने सो ए दो जट फिर तैयार ने एक नवा ट्रैक तो सारेयां दी कचहरी च लेके आउण दे लई एक चीज मैं तुहानूं रोकदा मैं माफी चाहुंदा ए सिर्फ गाने ने ਇਹਨਾਂ ਨੂੰ ਉਦਾਂ ਪਰਸਨਲ ਨਾ ਲਿਓ ਇੰਜੋਇਮੈਂਟ ਪੂਰੀ ਕਰੋ ਬਾਈ ਕੀ ਬਾਤ ਹੈ ਜੀ ਸੋ ਇਹਨਾਂ ਦੀ ਦੋਨਾਂ ਦੀ ਜੋੜੀ ਤੁਹਾਡੀ ਨਜ਼ਰ ਇੱਕ ਵਾਰ ਫੇਰ ਆ ਰਹੀ ਹੈ ਤੁਹਾਡੀ ਝੋਲੀ ਦੇ ਵਿੱਚ ਇੱਕ ਪਿਆਰਾ ਜਿਹਾ ਗੀਤ ਗੁੱਚੀ ਦੇ ਨਾਲ ਸੋ ਸਾਰਿਆਂ ਨੇ ਸਪੋਰਟ ਕਰਨਾ ਹੈ ਇਹਨਾਂ ਦੋਨਾਂ ਨੂੰ ਔਰ ਇਹਨਾਂ ਦੇ ਸੌਂਗ ਨੂੰ ਪ੍ਰਮੋਟ ਕਰਨਾ ਹੈ ਲਾਊਡ ਜੱਟ ਤੋਂ ਜ਼ਿਆਦਾ ਵਿਵਰਸ ਔਰ ਜ਼ਿਆਦਾ ਪ੍ਰਮੋਸ਼ਨ ਜ਼ਿਆਦਾ ਪਿਆਰ ਸਤਿਕਾਰ ਤੁਹਾਡਾ ਸਾਰਾ ਇਹਨਾਂ ਆਰਟਿਸਟ ਲਈ ਚਾਹੀਦਾ ਹੈ ਹੈਰੀ ਕਾਲੋਂ ਜੀ ਤੁਹਾਡਾ ਟਰੈਕ ਆ ਰਿਹਾ ਜੀ ਗੁੱਚੀ ਸੋ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਹਾਂਜੀ ਬਸ ਇਹੀ ਹੈ ਕਿ ਗਾਣਾ ਬਹੁਤ ਜ਼ਿਆਦਾ ਵਧੀਆ ਹੱਦੋਂ ਵੱਧ ਵਧੀਆ ਹੋ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਦੂਜਾ ਗਾਣਾ ਉਹ ਵੀ ਵਧੀਆ ਤਾਂ ਉਸ ਤੋਂ ਬਾਅਦ ਜਿਹੜੇ ਜਿੰਨੇ ਗਾਣੇ ਆਣਗੇ ਸਾਰੇ ਘੈਂਟ ਤੋਂ ਘੈਂਟ ਬਣਾਏ ਆਪਾਂ ਕੰਪੋਜ਼ਾਂ ਲਿਰਿਕਸ ਐਂਡ ਐਂਡ ਲਾਇਆ ਪਿਆ ਪੂਰਾ ਆਪਣੇ ਨਾਲ ਟਰਮ ਬੇਸ ਟੀਮ ਹੈਗੀ ਧੱਕੜ ਟੀਮ ਜਿੰਨੇ ਗਾਣੇ ਬਹੁਤ ਵਧੀਆ ਗਾਣੇ ਦਿੱਤੇ ਅੱਜ ਤੱਕ ਅਤੇ ਭਾਈ ਦੇ ਗਾਣੇ ਵੀ ਉਸ ਤੋਂ ਵਧੀਆ ਹੋਣਗੇ ਆਪਣਾ ਗਾਣਾ ਸੁਣਾ ਦੇ ਜਿਹੜਾ ਹੋਣਾ ਵਾ ਆਪਣਾ ਗਾਣਾ ਇੱਕ ਆ ਰਿਹਾ ਇੱਕ ਪਤਾ ਜਿਹਾ ਗਾਣਾ ਦੁਨੀਆਦਾਰੀ ਵਾਂਗੂ ਬਸ ਗਾਣਾ ਹੈਗਾ ਜਾਂਦਾ ਓ ਹਾਥੀ ਲੰਘੇ ਕੁੱਤੇ ਭੌਂਕਦੇ ਵਿੱਚ ਚੌਂਕਦੇ ਸ਼ੇਰ ਹੁੰਦੇ ਨੇ ਸੁਸਤ ਸੋਹਣਿਆ ਕੁੱਤੇ ਹੁੰਦੇ ਚੁਸਤ ਸੋਹਣਿਆ ਜਿੱਡੀ ਆ ਜਬਾਨ ਤੇਰੀ ਹੀ ਸਾਡਾ ਹੈਗਾ ਓਡੇ ਗੱਜ ਸਾਨੂੰ ਕੋਈ ਪਰਵਾਹ ਨਹੀਂ ਤੂੰ ਇੱਥੇ ਵੱਜ ਸਾਨੂੰ ਕੋਈ ਪਰਵਾਹ ਨਹੀਂ ਤੂੰ ਇੱਥੇ ਵੱਜ ਗਾਣਾ ਆ ਰਿਹਾ ਜਲਦੀ ਇਹਦੀ ਵੀਡੀਓ ਕਰ ਰਹੇ ਹਾਂ ਆਪਾਂ ਸੋ ਸੱਚੀ ਗੱਲਾਂ ਕਹਿੰਦੇ ਸੱਚ ਤੇ ਕੱਚ ਹਮੇਸ਼ਾ ਚੁੱਪਦਾ ਹੈ ਸੱਚੀ ਗੱਲਾਂ ਹਮੇਸ਼ਾ ਚੁੱਪਦੀਆਂ ਨੇ ਸੋ ਸਾਰਿਆਂ ਨੇ ਪਿਆਰ ਸਤਿਕਾਰ ਦੇਣਾ ਇਸ ਗੀਤ ਨੂੰ ਵੀ ਲਾਊਡ ਚੜ੍ਹਦੇ ਵਾਂਗ ਸੋ ਦੋਸਤੋ ਇਹ ਸੀ ਸਾਡੇ ਨਾਲ ਕਾਲੂ ਸਾਹਿਬ ਔਰ ਤਾਲੀਵਾਲ ਸਾਹਿਬ ਦੋਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਦੋਸਤੋ ਖੱਟੀਆਂ ਮਿੱਠੀਆਂ ਯਾਦਾਂ ਦੇ ਵਿੱਚ ਫਿਰ ਮੁਲਾਕਾਤ ਹੋਵੇਗੀ ਕਿਸੇ ਫਨਕਾਰ ਕਿਸੇ ਅਦਾਕਾਰ ਕਿਸੇ ਪਿਆਰੀ ਜੀ ਆਵਾਜ਼ ਦੇ ਨਾਲ ਤਦ ਤੱਕ ਮੈਨੂੰ ਅਮਨ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਕਮੈਂਟ ਲਾਈਕ ਤੇ ਸ਼ੇਅਰ ਤੁਸੀਂ ਕਰਨਾ ਹੈ ਜੀ ਸੋ ਇਸ ਖੱਟੀਆਂ ਮਿੱਠੀਆਂ ਯਾਦਾਂ ਨੂੰ ਤੁਸੀਂ ਸਾਰਿਆਂ ਨੇ ਆਪਣਾ ਪ੍ਰੋਗਰਾਮ ਸਮਝ ਕੇ ਬਹੁਤ ਪਿਆਰ ਸਤਿਕਾਰ ਦੇਣਾ ਹੈ ਬਹੁਤ ਬਹੁਤ ਸ਼ੁਕਰੀਆ